ਸਾਡੇ ਨਾਲ ਨੇ ਪੰਜਾਬ ਦੇ ਸੀਨੀਅਰ ਕਾਂਗਰਸ ਲੀਡਰ ਪ੍ਰਗਟ ਸਿੰਘ ਜੀ। ਸਰ, ਅੱਜ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਹੋਣੇ ਜਾ ਰਹੀ ਹੈ, ਕੀ ਇਸ ਦਾ ਮਸੌਦਾ ਹੈ? ਦੇਖੋ, ਇਲੈਕਸ਼ਨ ਆ ਰਹੀ ਹੈਗੀ ਹੈ ਔਰ ਉਹਦੇ ਵਿੱਚ ਮੈਨੂੰ ਜੋ ਵੀ ਅਸੀਂ ਦੇਖਦੇ ਹਾਂ ਡਿਸਕਸ ਕਰਕੇ ਕਿ ਕੀ ਜਿਹੜਾ ਚੱਲ ਰਿਹਾ ਅਲਾਇੰਸ ਨੂੰ ਲੈ ਕੇ, ਸਰ ਕੀ ਕਾਂਗਰਸ ਦੀ ਹੁਣ ਸਟ੍ਰੈਟਜੀ ਹੈ? ਸਰ, ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਅਲਾਇੰਸ ਤਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਜੋ ਪੰਜਾਬ ਦੇ ਹਾਲਾਤ ਹੈ ਉਹਦੀ ਜਿਹੜੀ ਧਰਾਤਲ ਦੀ ਸਿਚੁਏਸ਼ਨ ਨੂੰ ਸਮਝਦੇ ਹੋਏ ਇੱਥੇ ਅਲਾਇੰਸ ਨਹੀਂ ਹੋਣੀ ਚਾਹੀਦੀ। ਤੁਹਾਨੂੰ ਲੱਗਦਾ ਸਰ ਕਿਉਂਕਿ ਕਾਂਗਰਸ ਦਾ ਵੋਟ ਸ਼ੇਅਰ ਜੇ ਮਿਲ ਜਾਏ, ਆਮ ਆਦਮੀ ਪਾਰਟੀ ਦਾ ਮਿਲ ਜਾਏ, ਤੁਸੀਂ ਬੀਜੇਪੀ ਤੇ ਅਕਾਲੀ ਦਲ ਨੂੰ ਟੱਕਰ ਦੇ ਸਕਦੇ? ਗੱਲ ਨਹੀਂ ਹੈ, ਕਿਉਂਕਿ ਪੰਜਾਬ ਦੀ ਸਿਚੁਏਸ਼ਨ ਡਿਫਰੈਂਟ ਹੈ। ਪ੍ਰਗਟ ਸਿੰਘ ਜੀ ਜੋ ਸਾਨੂੰ ਦੱਸ ਰਹੇ ਸੀ, ਅੱਜ ਦੀ ਜਿਹੜੀ ਮੀਟਿੰਗ ਇੱਥੇ ਹੋ ਰਹੀ ਹੈ ਚੰਡੀਗੜ੍ਹ ਕਾਂਗਰਸ ਭਵਨ ਦੇ ਵਿੱਚ, ਉਹ ਪੰਜਾਬ ਦੀ ਕਾਂਗਰਸ ਦੀ ਜਿਹੜੀ ਸਟ੍ਰੈਟਜੀ ਹੋਏਗੀ 2024 ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਇੱਥੇ ਡਿਸਕਸ ਕੀਤੀ ਜਾਏਗੀ। ਪਹਿਲਾਂ ਜਿਹੜੀ ਮੀਟਿੰਗ ਹੋਏਗੀ ਉਹ ਡਿਸਟ੍ਰਿਕਟ ਪ੍ਰਧਾਨਾਂ ਦੇ ਨਾਲ ਹੋ ਰਹੀ ਹੈ, ਅਤੇ ਉਸ ਤੋਂ ਬਾਅਦ MLAs ਦੇ ਵਿੱਚ ਹੋਏਗੀ, ਅਤੇ ਸ਼ਾਮੀ ਇੱਕ ਬੜੀ ਮੀਟਿੰਗ ਜਿਹੜੀ ਇਲੈਕਸ਼ਨ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਏਗੀ, ਉਸ ਦੇ ਵਿੱਚ ਅਗਲੀ ਜਿਹੜੀ ਸਟ੍ਰੈਟਜੀ ਹੈ ਉਸਦੀ ਰੂਪ ਰੇਖਾ ਤਿਆਰ ਕੀਤੀ ਜਾਏਗੀ ਕਿ ਕਿਵੇਂ ਕਾਂਗਰਸ ਆਪਣੀ ਜਿਹੜੀ ਵਿਰੋਧੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਟੱਕਰ ਲਏਗੀ। ਅਤੇ ਹੁਣ ਅਲਾਇੰਸ ਨੂੰ ਲੈ ਕੇ ਵੀ ਇੱਕ ਵਾਰ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਅਲਾਇੰਸ ਪੰਜਾਬ ਦੇ ਵਿੱਚ ਨਹੀਂ ਹੋਣਾ, ਅਤੇ ਆਮ ਆਦਮੀ ਪਾਰਟੀ ਜਾਂ ਫਿਰ ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਉਹ ਵੀ ਅਲਾਇੰਸ ਦੇ ਹੱਕ ਦੇ ਵਿੱਚ ਨਹੀਂ, ਕਾਂਗਰਸ ਵੀ ਅਲਾਇੰਸ ਦੇ ਹੱਕ ਦੇ ਵਿੱਚ ਨਹੀਂ। ਅਤੇ ਹੁਣ ਸਾਫ਼ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲੱਗ ਅਲੱਗ ਹੋ ਕੇ ਸੋਲੋ ਚੋਣ ਲੜਨਗੇ, ਅਤੇ ਉਹਨਾਂ ਦੀ ਸਟ੍ਰੈਟਜੀ ਕੀ ਹੋਏਗੀ, ਕਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਵੋਟਸ ਹੈ, ਕਿਵੇਂ ਭਾਰਤੀ ਜਨਤਾ ਪਾਰਟੀ ਦੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੋਟਸ ਨੇ, ਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦਾ ਮਤ ਸ਼ੇਅਰ, ਉਹਨਾਂ ਵੋਟ ਸ਼ੇਅਰ ਸਾਹਮਣੇ ਰੱਖ ਕੇ ਕਿਵੇਂ ਜਿਵੇਂ ਕਿ ਪਿੱਛੇ 8 ਸੀਟਾਂ ਜਿੱਤੀਆਂ ਸਨ, ਹੁਣ ਅੱਜ ਦੀ ਜਿਹੜੀ ਇਹ ਗਿਣਤੀ ਹੈ ਉਹ 7 ਦੀ ਹੈ, ਕਿਵੇਂ ਉਸ ਨੂੰ ਬਰਕਰਾਰ ਰੱਖਿਆ ਜਾਏ, ਅਤੇ ਕਿਵੇਂ ਹੋਰ ਸੀਟਾਂ ਜਿੱਤਣ ਦੀ ਜਿਹੜੀ ਸਟ੍ਰੈਟਜੀ ਹੈ ਅੱਜ ਉਸਨੂੰ ਇਸ ਮੀਟਿੰਗ ਦੇ ਵਿੱਚ ਚੈੱਕ ਆਊਟ ਕੀਤਾ ਜਾਏਗਾ। ਕੈਮਰਾ ਪਰਸਨ ਅਮਨ ਗੁਪਤਾ ਦੇ ਨਾਲ ਮਨਜੀਤ ਸਹਿਗਲ, ਚੰਡੀਗੜ੍ਹ।